ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਸਾਗਰ ਦੀ ਵੋਟੀ ਬਹੁਤ ਮਸ਼ਹੂਰ ਹੋਈ ਪਈ ਹੈ। ਸੋ ਸਾਗਰ ਦੀ ਵੋਟੀ ਮਸ਼ਹੂਰ ਹੋਈ ਦੀ ਚੱਲਦੇ ਇਸ ਗਾਣੇ ਤੇ ਰੀਲਾਂ ਵਾਲੇ ਵੀ ਵੀਡੀਓ ਬਣਾ ਰਹੇ ਨੇ, ਐਕਟਰ ਵੀ ਵੀਡੀਓ ਬਣਾ ਰਹੇ ਨੇ, ਇੱਥੇ ਤੱਕ ਯੂਟਿਊਬਰ ਵੀ ਬਣਾ ਰਹੇ ਨੇ। ਮੈਨੂੰ ਛੇਤੀ ਦੇ ਡਰ ਆਏ ਵੀ ਗੰਦਾਰੀ ਕਰਦੇ। ਹਾਂ ਬਣਾ ਹੀ ਲੈਂਦੇ ਕਈ ਕਈ ਵਾਰੀ, ਜਦੋਂ ਜ਼ਿਆਦਾ ਟ੍ਰੈਂਡ ਚੱਲ ਪਏ ਫਿਰ ਬਣਾ ਲਈਦਾ ਵਾ, ਇੰਟਰਟੇਨਮੈਂਟ ਹੀ ਆ। ਦੇਖੋ ਜਦੋਂ ਵੀ ਟ੍ਰੈਂਡ ਨਵਾਂ ਨਵਾਂ ਹੁੰਦਾ ਵਾ, ਗਾਣਾ ਆ ਚਾਹੇ ਕੋਈ ਵੀ ਟ੍ਰੈਂਡ ਆ, ਵਧੀਆ ਲੱਗਦਾ ਵਾ। ਬਟ ਜਦੋਂ ਟ੍ਰੈਂਡ ਜ਼ਿਆਦਾ ਹੀ ਚੱਲਣ ਲੱਗ ਜਾਂਦਾ ਵਾ, ਬਾਰ ਬਾਰ ਇੱਕੋ ਹੀ ਚੀਜ਼ ਸਾਹਮਣੇ ਆਈ ਜਾਵੇ, ਇੱਕੋ ਹੀ ਗਾਣਾ ਆਈ ਜਾਵੇ, ਤਾਂ ਹੁਣ ਇਰੀਟੇਟ ਕਰਨ ਲੱਗ ਜਾਂਦਾ ਵਾ। ਉੱਠਦੇ ਬੈਠਦੇ ਹੱਗਦੇ ਖਾਂਦੇ ਪੀਂਦੇ ਬਸ ਉਹੀ ਗਾਣਾ ਕੰਨਾਂ 'ਚ ਵੱਜਦਾ ਵਾ, ਚਾਹੇ ਤੁਸੀਂ ਐਗਜ਼ਾਮ ਦੇ ਰਹੇ ਹੋ, ਪੜ੍ਹ ਰਹੇ ਹੋ, ਲਿਖ ਰਹੇ ਹੋ, ਕੋਈ ਚੀਜ਼ ਯਾਦ ਕਰ ਰਹੇ ਹੋ, ਉਹੀ ਗਾਣਾ ਨਾ ਕੰਨਾਂ 'ਚ ਵੱਜਦਾ, ਫਿਰ ਜੀ ਕਰਦਾ ਫੋਨ ਚੱਕ ਕੇ ਮਾਰਾਂ ਮੈਂ ਆਪਣਾ। ਹੁੰਦਾ ਕਿ ਨਹੀਂ ਹੁੰਦਾ ਨਾ ਇਦਾਂ, ਆ ਟ੍ਰੈਂਡ ਕਿਹੜਾ ਘੱਟ ਆ, ਕੀ ਚਾਹੀਦਾ ਬ੍ਰੈਂਟਨ ਵਾਲੋ, ਕਿਆ ਚਾਹੀਦਾ, ਕਦੇ ਅੰਮ੍ਰਿਤਸਰ ਹੁੰਦਾ, ਸ੍ਰੀ ਅਕਾਲ ਅੰਮ੍ਰਿਤਸਰ ਵਾਲਿਓ, ਕੀ ਚਾਹੀਦਾ ਹੈ, ਇਹ ਕਦੇ ਕੈਨੇਡਾ ਹੁੰਦਾ, ਕੀ ਚਾਹੀਦਾ, ਗੱਡੀ ਬੈ ਕੇ ਕਰਾਣੀ ਹੈ, ਹੋ ਜਾਊਗੀ, ਕਦੇ ਜਲੰਧਰ ਹੁੰਦਾ, ਕੀ ਚਾਹੀਦਾ, ਆ ਟ੍ਰੈਂਡ ਕੀ ਚਾਹੀਦਾ ਕੀ ਚਾਹੀਦਾ, ਸਾਰੇ ਪਾਸੇ ਘੁੰਮੀ ਜਾਂਦਾ ਵਾ, ਪਰ ਹਾਲੇ ਤੱਕ ਮੈਨੂੰ ਲੱਗਦਾ ਮਿਲਿਆ ਕਿਸੇ ਨੂੰ ਕੁਛ ਵੀ ਨਹੀਂ ਆ, ਬਸ ਇਹ ਪੁੱਛੀ ਜਾਣ ਡੇ ਆ, ਕੀ ਚਾਹੀਦਾ ਕੀ ਚਾਹੀਦਾ, ਕਿਆ ਚਾਹੀਦਾ, Come on, baby. ਕੀ ਚਾਹੀਦਾ ਕੀ ਚਾਹੀਦਾ ਕੀ ਚਾਹੀਦਾ, excuse me, please stop it. ਗੱਡੀ ਤੋਂ ਖਰੀਦ ਲਿਆ, ਪੈਸੇਂਜਰ ਸੀਟ ਮੇ ਬੈਠਨੇ ਵਾਲਾ ਚਾਹੀਦਾ ਯਾਰ ਨਾ ਚਾਹੀਦਾ, Don't say that. Come on, baby. ਦੇਖੋ ਜੇ ਪੋਜ਼ਿਟਿਵ ਵੇ ਨਾਲ ਗੱਲ ਕਰੀਏ ਤਾਂ ਮਿਹਨਤ ਜ਼ਰੂਰ ਰੰਗ ਲਿਆਉਂਦੀ ਆ। ਸੋ ਜਿਨ੍ਹਾਂ ਨੇ ਗਾਣਾ ਗਾਇਆ ਸੀ ਉਹਨਾਂ ਦੀ ਮਿਹਨਤ ਕਿੰਨੇ ਸਾਲਾਂ ਬਾਅਦ ਰੰਗ ਲਿਆ ਰਹੀ ਆ, ਤੁਸੀਂ ਨੋਟਿਸ ਕਰੋ, ਅੱਜ ਗਾਣਾ ਜਾ ਕੇ ਟੌਪ ਤੇ ਚੱਲ ਰਿਹਾ ਵਾ। ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ, ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ, ਮੈਨੂੰ ਛੇਤੀ ਦੇ ਡਰਾਈਵਰੀ ਸਿਖਾ, ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ, ਮੈਨੂੰ ਛੇਤੀ ਦੇ ਡਰਾਈਵਰੀ ਸਿਖਾ, ਪਹਿਲਾ ਗੇਰ ਲਾ ਕੇ ਜਰਾ ਹੌਲੀ ਹੌਲੀ ਤੋਰ, ਪੋਲੇ ਪੋਲੇ ਰੇਸ ਦੇਵੀ ਲਾਵੀ ਨਾਨੀ ਓਰ, ਪਹਿਲਾ ਗੇਰ ਲਾ ਕੇ ਜਰਾ ਹੌਲੀ ਹੌਲੀ ਤੋਰ। ਸਾਗਰ ਵੀ ਕਮਲਾ ਹੋਇਆ ਫਿਰਦਾ ਹੋਣਾ ਵਾ, ਮੇਰਾ ਤਾਂ ਵਿਆਹ ਹੀ ਨਹੀਂ ਹੋਇਆ ਹਲੇ, ਵੋਟੀ ਕਿੱਥੋਂ ਆ ਗਈ। ਜਿਹੜੇ ਸਿੰਗਲ ਨੇ ਜਾਂ ਜਿਨ੍ਹਾਂ ਦਾ ਵਿਆਹ ਨਹੀਂ ਉਹਨਾਂ ਦੀ ਗੱਲ ਕਰਦਾ, ਤੇ ਜਿਨ੍ਹਾਂ ਦਾ ਵਿਆਹ ਹੋ ਗਿਆ ਵਾ ਉਹਨਾਂ ਕਿਹੜਾ ਹਾਏ ਮੇਰੀ ਵੋਟੀ ਦੇ ਮਗਰ ਪਏ ਸਾਰੇ ਗਾਲਾਂ ਕੱਢੀ ਜਾਂਦੇ, ਕਿਹੜੀ ਹੈ ਦੀ ਵੋਟੀ, ਹੈਨਾ 30 ਤੇ 50 ਕਿੰਨੇ ਹੁੰਦੇ ਆ, 80 ਭਾਈ ਸਾਹਿਬ, 80 ਤੇ 15 95 ਤੇ 5 100, 100 ਨੂੰ 100 ਨਾਲ ਗੁਣਾ ਕਰੋ 10,000, 10,000 ਨੂੰ 100 ਨਾ ਕਰੋ ਲੱਖ ਬਣ ਗਿਆ ਜੀ, ਲੱਖ ਦੀ ਲਾਹਣਤ ਹੋਊਗੀ ਤੇਰੇ ਜੇ ਮੁੜ ਕੇ ਫੋਨ ਕਰੇ। ਉਹ ਕੱਢੀ ਕੱਢੇ ਤਰੀਕੇ ਨਾਲ ਬੇਨਤੀ ਕੀਤੀ ਓਏ, ਵੈਸੇ ਜੇ 10,000 ਨੂੰ 10 ਵੈਸੇ ਜੇ 10,000 ਨੂੰ 100 ਨਾਲ ਗੁਣਾ ਕਰੀਏ ਤਾਂ ਲੱਖ ਥੋੜੀ ਬਣਦਾ ਯਾਰ, 10,00,000 ਬਣਦਾ, ਫਿਰ ਲਾਹਣਤ 10,00,000 ਦੀ ਬਣਦੀ ਹੈ, ਲੱਖ ਦੀ ਥੋੜੀ। ਇਹ ਰਿਐਕਟ ਇੱਦਾਂ ਕਿਉਂ ਕਰ ਰਹੀ ਆ ਵੀ ਜਿਵੇਂ ਟੱਟੀ ਰੋ ਕੇ ਨਾ ਛੇਤੀ ਛੇਤੀ ਕਹਿੰਦੀ
ਓਏ ਰੀਲ ਬਣਾ ਦੇ ਜਲਦੀ ਜਲਦੀ, ਮੇਰੀ ਟੱਟੀ ਰੋਕੀ ਆ। ਹਾਂ ਮੇਰੀ ਨਾਲ ਯਕੀਨ ਕਿ ਮੈਂ ਕਰ ਲੂੰ, ਤੇ ਤੂੰ ਮੇਰੀ ਬੀਜੀ ਆਉਂਦੀ ਨਹੀਂ, ਮੈਂ ਹੋ ਗਈ। ਉਹ ਭੈਣੇ ਪਹਿਲਾਂ ਟੱਟੀ ਜਾਇਆ ਫਿਰ ਰੀਲ ਆਰਾਮ ਨਾਲ ਬਣਾ ਲਈ ਆ, ਮੈਂ ਟੱਟੀ ਰੋਕੀ ਦਾ ਥੋੜ੍ਹੀ ਹੁੰਦਾ ਵਾ। ਚਲੋ ਬਾਕੀ ਮੈਂ ਕੁੜੀ ਨੂੰ ਆਹੀ ਗੱਲ ਕਹਿਣਾ ਚਾਹੁੰਦਾ ਵਾਂ, ਵੀਡੀਓ ਤੂੰ ਬਹੁਤ ਸੋਹਣੀ ਬਣਾਉਂਦੀ ਹੈ ਪਰ ਪੋਸਟ ਨਾ ਕਰਿਆ ਕਰ। ਭਿਖਾਰੀ ਨੇ ਮੁਝੇ ਦੇਖ ਕਰ ਆਪਣਾ ਕਟੋਰਾ ਛੁਪਾ ਲਿਆ। ਭਿਖਾਰੀ ਨੇ ਮੁਝੇ ਦੇਖ ਕਰ ਕਟੋਰਾ ਛੁਪਾ ਲਿਆ, ਸਮਝ ਜਾਓ ਫਿਰ। ਮੈਂ ਗਰੀਬ ਹੂੰ। ਯਾਰ ਇਹ ਜੋ ਅੰਬਾਨੀ ਆਪਣੀ ਬੇਟੇ ਕੀ ਸ਼ਾਦੀ ਪੇ ਪੂਰੀ ਦੁਨੀਆ ਨਚਵਾ ਰਹਾ ਹੈ, ਇਸਕੋ ਨਜ਼ਰ ਨਹੀਂ ਲੱਗ ਰਹੀ ਇਸਕੋ? ਅਸੀਂ ਆਪਣੀ ਮਹਿਰਾਨ ਉਲਟੋ ਕੱਢ ਲਈਏ, ਥੋੜ੍ਹੀ ਜਿਹੀ ਲੱਗ ਜਾਂਦੀ ਸਾਨੂੰ ਨਜ਼ਰ ਲੱਗ ਜਾਂਦੀ। ਓਏ ਯਾਰ ਗੱਲ ਕਿੰਨੀ ਸਹੀ ਕਹੀ ਨਾ, ਵੀ ਅੰਬਾਨੀ ਨੇ ਇੰਨਾ ਕੁਛ ਕੀਤਾ ਉਹਨੂੰ ਨਜ਼ਰ ਨਹੀਂ ਲੱਗਦੀ, ਅਸੀਂ ਮਾੜਾ ਜਿਹਾ ਕੱਪੜੇ ਕੀ ਲੈ ਲਈਏ ਸਾਨੂੰ ਨਜ਼ਰ ਲੱਗ ਜਾਂਦੀ ਆ। ਕੀ ਯਾਰ ਇਹ ਕੀ ਚੱਕਰ ਹੈ ਇਹੋ ਜਿਹਾ, ਕੋਈ ਸਮਝਾਏਗਾ ਕਿ ਇਹ ਵਹਿਮ ਹੀ ਹੁੰਦੇ ਨੇ? ਮੇਰੇ ਹਿਸਾਬ ਨਾਲ ਤਾਂ ਵਹਿਮ ਹੀ ਹੁੰਦੇ ਨੇ, ਬਟ ਯਾਰ ਨਹੀਂ ਯਾਰ ਨਜ਼ਰ ਲੱਗਦੀ ਆ। ਸੁਣਿਆ ਵਾਂ ਬਜ਼ੁਰਗ ਕਹਿੰਦੇ ਆ ਵੀ ਨਜ਼ਰ ਲੱਗਦੀ ਆ, ਜ਼ਿਆਦਾ ਸ਼ੋਫ ਕਰਦੇ ਆ, ਬਟ ਜਿਹੜਾ ਅਸਲ 'ਚ ਸ਼ੋਫ ਕਰ ਗਿਆ ਅਸਲੀ ਵਾਲੀ, ਉਹਨੂੰ ਤਾਂ ਪੂਰੀ ਨਜ਼ਰ ਨਹੀਂ ਲੱਗੀ। ਹੋ ਸਕਦਾ ਨਜ਼ਰ ਨੂੰ ਹੀ ਅੰਬਾਨੀ ਨੇ ਖਰੀਦ ਲਿਆ ਹੋਵੇ। ਹੁਣ ਤੁਸੀਂ ਦੇਖੋ ਸਿੰਗਰ ਵੀ ਤੇ ਐਕਟਰ ਵੀ ਇਸ ਟ੍ਰੈਂਡ ਨੂੰ ਫੋਲੋ ਕਰ ਰਹੇ ਆ ਤੇ ਰੀਲਾਂ ਬਣਾ ਰਹੇ ਆ। ਸਾਗਰ ਦੀ ਵਕਤੀ ਲੈਂਦੀ ਇੰਡੀਕਾ ਚਲਾ, ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰ, ਰੋਂਗ ਸਾਈਡ ਨਿਕਲ ਕੇ ਆ ਗਈ ਅੱਗੇ ਕਾਰ ਨਹੀਂ। ਬਸ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਕਿ ਸਾਗਰ ਵੀਰੇ ਤੂੰ ਵਿਆਹ ਕਿਉਂ ਕਰਵਾਇਆ? ਭਾਰੀ ਮਿਸਟੇਕ ਹੋ ਗਿਆ ਸਰ। ਜੇ ਵਿਆਹ ਕਰਵਾਇਆ ਤਾਂ ਗੱਡੀ ਕਿਉਂ ਸਿਖਾਈ ਜਨਾਨੀ ਨੂੰ? ਇੱਕ ਜਨਾਨੀ ਨੂੰ ਤੂੰ ਗੱਡੀ ਸਿਖਾਉਣ ਤੋਂ ਬਾਅਦ ਪੂਰੀ ਦੁਨੀਆ ਨੂੰ ਜੱਬ ਪਾਤਾ ਵੀ ਮੈਨੂੰ ਵੀ ਗੱਡੀ ਸਿਖਾਓ, ਦੀਆਂ ਘਰ ਵਾਲੀਆਂ ਸਾਰਿਆਂ ਦੀਆਂ, ਮੈਨੂੰ ਵੀ ਗੱਡੀ ਸਿਖਾਓ, ਸਾਗਰ ਦੀ ਬੋਟੀ ਤਾਂ ਇੰਡੀਕਾ ਚਲਾ ਲੈਂਦੀ ਹੈ, ਰੋਲਾ ਪਾਉਣ ਦੀ ਕੀ ਲੋੜ ਸੀ ਮੇਰੇ ਵੀਰ? ਬਸ ਇਸ ਹਿਸਾਬ ਨਾਲ ਤਾਂ ਸੇਗੀ ਕੁੜੀ ਗੱਡੀ ਚਲਾਉਣੀ, ਸਾਗਰ ਦੀ ਵੋਟੀ ਨੂੰ ਦੇਖ ਕੇ ਗੱਡੀ ਚਲਾਉਣਾ ਸਿੱਖੀ ਜਾਂ ਨਹੀਂ ਸਿੱਖੀ, ਪਰ ਇੰਨਾ ਪਤਾ ਵਾ ਇੰਸਟਾਗ੍ਰਾਮ ਤੇ ਰੀਲ ਬਣਾਉਣਾ ਜ਼ਰੂਰ ਸੇਗੀ ਹੈ ਗਾਣੇ ਤੇ। ਹੁਣ ਤਾਂ ਪਾਪਾ ਦੀਆਂ ਪਰੀਆਂ ਵੀ ਆ ਸਾਊਂਡ ਤੇ ਰੀਲਾਂ ਬਣਾ ਰਹੀਆਂ ਨੇ, ਚਾਹੇ ਉਹ ਐਕਟਿਵਾ ਨਾਲ ਬਣਾ ਰਹੀਆਂ ਨੇ, ਚਾਹੇ ਗੱਡੀਆਂ ਨਾਲ, ਚਾਹੇ ਸਾਈਕਲ ਤੇ, ਹੈ ਕਿ ਨਹੀਂ? ਤੁਸੀਂ ਦੇਖਿਆ ਹੀ ਹੋਊਗਾ। ਮੈਂ ਤਾਂ ਇਹੀ ਗੁਜ਼ਾਰਿਸ਼ ਕਰਦਾ ਸਾਰੇ ਅਮਰੇ, ਜੇ ਤੁਸੀਂ ਰੋਡ ਤੇ ਨਿਕਲੋਗੇ ਤਾਂ ਆਪਣੀ ਜ਼ਿੰਮੇਵਾਰੀ ਤੇ ਨਿਕਲਿਓ, ਕਿਉਂਕਿ ਕੁੜੀ ਦੀ ਗਲਤੀ ਨਹੀਂ ਹੋਏਗੀ, ਗਲਤੀ ਤੁਹਾਡੀ ਹੋਏਗੀ, ਕਿਉਂਕਿ ਤੁਸੀਂ ਰੋਡ ਤੇ ਹੋ, ਤੁਸੀਂ ਘਰੇ ਬੈਠੋ। ਹਾਂ ਕਿਉਂਕਿ ਸਿੱਖਦੇ ਸਿੱਖਦੇ ਜੇ ਕਲੱਚ ਦੀ ਜਗ੍ਹਾ ਰੇਸ ਦੱਬੀ ਗਈ ਨਾ, ਫਿਰ ਅੱਗੇ ਤੁਹਾਨੂੰ ਪਤਾ ਹੀ ਹੈ। ਪੈਰ ਉੱਤੇ ਖਿੱਚ ਕੇ ਬ੍ਰੇਕਾਂ ਛੇਤੀ ਮਾਰਨੀ, ਇੰਨੀ ਤਾਂ ਵਿਚਾਰੀ ਮੁੰਨੀ ਨਹੀਂ ਬਦਨਾਮ ਹੈਗੀ ਜਿੰਨੀ ਸਾਗਰ ਦੀ ਵੋਟੀ ਬਦਨਾਮ ਹੋ ਗਈ ਏ। ਬਾਕੀ ਗਾਇਜ਼ ਅੱਜ ਦੀ ਵੀਡੀਓ ਇੰਨੀ ਸੀ, ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ, ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਯਾਰ, ਤੁਸੀਂ ਲਾਈਕ ਨਹੀਂ ਕਰਦੇ। ਜੇ ਚੈਨਲ ਦੇ ਨਵੇਂ ਹੋ ਸਬਸਕ੍ਰਾਈਬ ਕਰ ਦਿਓ ਯਾਰ, ਤੁਹਾਡਾ ਕੋਈ ਜਾਣ ਲੱਗਾ। ਬਾਕੀ ਸੋਰੀ ਯਾਰ ਵੀਡੀਓ ਛੋਟੀ ਆ, ਜ਼ਿਆਦਾ ਮੈਂ ਟਰਾਈ ਕਰੂੰਗਾ। ਜੇ ਤੁਸੀਂ ਤੁਹਾਨੂੰ ਕਿੰਨੇ ਮਿੰਟ ਦੀ ਵੀਡੀਓ ਚਾਹੀਦੀ ਹੁੰਦੀ ਹੈ ਮੈਨੂੰ ਕਮੈਂਟ ਕਰ ਦਿਆ ਕਰੋ, ਐਟਲੀਸਟ ਇੰਨੇ ਮਿੰਟ ਦੀ ਵੀਡੀਓ ਹੋਣੀ ਚਾਹੀਦੀ ਹੈ, ਠੀਕ ਹੈ? ਸੋ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ। ਚੰਗਾ ਜੀ, ਸਤਿ ਸ਼੍ਰੀ ਅਕਾਲ।